19 ਸਤੰਬਰ ਨੂੰ ਕਲਾਨੌਰ ਵਿੱਚ ਕਿਸਾਨ ਸਭਾ ਦੇ ਆਗੂ ਹਰਜੀਤ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਗੋਲੀ ਮਾਰਨ ਵਾਲੇ ਮਾਮਲੇ ਦੀ ਗੁੱਥੀ ਨੂੰ ਆਖਿਰਕਾਰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਮੁਤਾਬਕ ਕਿਸਾਨ ਆਗੂ ਦੇ ਜਵਾਈ ਦੇ ਵੱਲੋਂ ਹੀ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੇ ਸੋਹਰੇ ਨੂੰ ਮਾਰਨ ਲਈ ਆਪਣੇ ਨੌਕਰ ਰਾਹੀਂ ਸ਼ੂਟਰਾਂ ਨੂੰ ਸੁਪਾਰੀ ਦਿੱਤੀ ਗਈ ਸੀ, ਪਰ ਗਲਤੀ ਨਾਲ ਗੋਲੀ ਕਿਸਾਨ ਆਗੂ ਦੇ ਭਰਾ ਨੂੰ ਲੱਗ ਗਈ। ਜਾਣਕਾਰੀ ਦਿੰਦਿਆਂ ਐਸਐਸਪੀ ਹਰੀਸ਼ ਦਿਆਮਾ ਨੇ ਦੱਸਿਆ ਕਿ ਕਿਸਾਨ ਆਗੂ ਹਰਜੀਤ ਸਿੰਘ ਦੇ ਜਵਾਈ ਗੁਰਸੇਵਕ ਸਿੰਘ ਨੇ ਆਪਣੇ ਨੌਕਰ ਨੂੰ 2 ਲੱਖ ਰੁਪਏ ਦੀ ਸੁਪਾਰੀ ਦੇ ਕੇ ਆਪਣੇ ਸੋਹਰੇ ਕਿਸਾਨ ਆਗੂ ਹਰਜੀਤ ਸਿੰਘ ਦਾ ਕਤਲ ਕਰਵਾਉਣਾ ਸੀ, ਪਰ ਸ਼ੂਟਰ ਗਲਤੀ ਨਾਲ ਉਸਦੇ ਭਰਾ ਹਰਪ੍ਰੀਤ ਕਾਲੂ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ 2 ਸ਼ੂਟਰਾਂ ਸਮੇਤ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਜਦਕਿ 1 ਸ਼ੂਟਰ ਅਜੇ ਵੀ ਫਰਾਰ ਚੱਲ ਰਿਹਾ ਹੈ। ਐਸਐਸਪੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਕੋਲੋਂ 1 ਪਿਸਟਲ, 2 ਜ਼ਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਇੱਕ ਬੜਾ ਹੀ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਕਲਾਨੌਰ ਥਾਣਾ ਸਬ ਡਿਵੀਜ਼ਨ ਕਲਾਨੌਰ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ, ਜਿੱਥੇ ਮੁਕੱਦਮਾ ਨੰਬਰ 75 ਅਸੀਂ ਦਰਜ ਕੀਤਾ ਸੀ, ਜਿੱਥੇ ਇੱਕ ਕਿਸਾਨ ਹਰਪ੍ਰੀਤ ਸਿੰਘ ਤੇ ਲਤਾ ਦੇ ਵਿੱਚ ਅਣਪਛਾਣੇ ਵਿਅਕਤੀਆਂ ਨੇ ਗੋਲੀ ਮਾਰੀ ਸੀ, ਜਿਸ ਤੇ ਅਸੀਂ 18/9/2023 ਨੂੰ ਮੁਕੱਦਮਾ ਜਿਹੜਾ ਹੈ ਉਹ 75 ਨੰਬਰ ਮੁਕੱਦਮਾ ਦਰਜ ਕੀਤਾ ਸੀ ਅੰਡਰ ਸੈਕਸ਼ਨ 307 452 34 IPC ਤੇ 2554 ਆਰਮਸ ਐਕਟ। ਇਸ ਦੀ ਕੋਈ ਲੀਡ ਨਹੀਂ ਸੀਗੀ ਤੇ ਬਲਾਈਂਡ ਕੇਸ ਸੀਗਾ। ਇਹਦੇ ਵਿੱਚ ਪੁਲਿਸ ਨੇ ਬੜੀ ਮਿਹਨਤ ਕਰਕੇ ਇਹ ਟਰੇਸ ਵੀ ਕੀਤਾ ਹੈ ਤੇ ਇਹਦੇ ਜਿਹੜੇ ਅਕਿਊਜ਼ ਹੈਗੇ ਉਹਨਾਂ ਨੂੰ ਫੜਿਆ ਹੈ, ਅਰੈਸਟ ਕੀਤਾ ਹੈ ਤੇ ਜਿਹੜਾ ਵਹੀਕਲ ਯੂਜ਼ ਹੋਇਆ ਸੀ ਤੇ ਜਿਹੜਾ ਵੈਪਨ ਯੂਜ਼ ਹੋਇਆ ਸੀ ਉਹਨੂੰ ਰਿਕਵਰ ਕੀਤਾ ਹੈ। ਟੋਟਲ ਇਸ ਦੇ ਵਿੱਚ ਅਕਿਊਜ਼ ਜਿਹੜੇ ਆ ਉਹ 7 ਹੈਗੇ, ਜਿਨ੍ਹਾਂ ਦੇ ਵਿੱਚ 6 ਜਿਹੜੇ ਅਕਿਊਜ਼ ਆ ਉਹ ਪੁਲਿਸ ਨੇ ਫੜ ਲਿਆ। ਉਹਨਾਂ ਦਾ ਨਾਮ ਹੈਗਾ ਗੁਰਸੇਵਕ ਸਿੰਘ ਪੁੱਤਰ ਗੁਰਦੇਵ ਸਿੰਘ, ਸ਼ੇਰਪ੍ਰੀਤ ਸਿੰਘ ਉਰਫ ਗੁਲਾਬਾ ਪੁੱਤਰ ਅਵਤਾਰ ਸਿੰਘ, ਗੰਗਾ ਉਰਫ ਗੰਗਾ ਪੁੱਤਰ ਸਰਦੂਲ ਸਿੰਘ, ਇੱਕ ਸਾਹਿਲ ਹੈ ਸਾਹਿਲ ਸ਼ਰਮਾ ਪੁੱਤਰ ਅਸ਼ਵਨੀ ਕੁਮਾਰ, ਇੱਕ ਗੁਰਸੇਵਕ ਹੋਰ ਹੈ ਸੇਮ ਨੇਮ ਦਾ ਉਰਫ ਸੇਵਕ ਪੁੱਤਰ ਦਵਿੰਦਰ ਸਿੰਘ, ਤੇ ਇੱਕ ਪ੍ਰਗਟ ਸਿੰਘ ਉਰਫ ਪੱਗਾ ਪੁੱਤਰ ਬਲਦੇਵ ਸਿੰਘ ਅਤੇ ਅਜੈਪਾਲ ਸਿੰਘ ਉਰਫ ਅਜੈਪਾਲ ਸਿੰਘ ਪੁੱਤਰ ਬਲਕਾਰ ਸਿੰਘ। ਇਹਨਾਂ ਦੇ ਕੋਲੋਂ 32 ਬੋਰ ਦਾ ਵੈਪਨ ਵੀ ਰਿਕਵਰ ਹੋਇਆ ਤੇ 2 ਜਿੰਦਾ ਰਾਊਂਡ ਰਿਕਵਰ ਹੋਏ ਤੇ ਇੱਕ ਮੋਟਰਸਾਈਕਲ ਪਲੈਟੀਨਾ ਜਿਹੜੀ ਯੂਜ਼ ਹੋਈ ਸੀ ਕ੍ਰਾਈਮ ਵਿੱਚ ਉਹ ਵੀ ਰਿਕਵਰ ਹੋਈ। ਹਾਂਜੀ, ਇਹਨਾਂ ਦੇ ਪਹਿਲਾਂ ਵੀ ਕ੍ਰਿਮੀਨਲ ਰਿਕਾਰਡਸ ਹੈਗੇ ਇਹਨਾਂ ਦੇ। ਇਹ ਇਸਦਾ ਜਿਹੜਾ ਬੇਸਿਕ ਮੋਟਿਵ ਸੀਗਾ ਜੋ ਇਹਨਾਂ ਨੇ ਗੋਲੀ ਚਲਾਈ ਸੀ, ਉਹਦਾ ਮੋਟਿਵ ਇੱਕ ਪਰਸਨਲ ਰੰਜਿਸ਼ ਸੀ। ਗੁਰਸੇਵਕ ਸਿੰਘ ਜਿਹੜਾ ਹੈ ਉਹ ਮਦਈ ਜਿਹੜਾ ਹੈਗਾ ਵਿਕਟਮ ਹੈ ਜਿਸ 'ਤੇ ਗੋਲੀ ਲੱਗੀ ਹੈ, ਉਹਨਾਂ ਦੇ ਬ੍ਰਦਰ ਹਰਜੀਤ ਸਿੰਘ ਜੋ ਕਿ ਜਮਹੂਰੀ ਕਿਸਾਨ ਸਭਾ ਦਾ ਜ਼ਿਲ੍ਹਾ ਪ੍ਰਧਾਨ ਵੀ ਹੈ, ਉਹਨਾਂ ਦੀ ਬੇਟੀ ਦੇ ਨਾਲ ਵਿਆਹਿਆ ਹੈ ਅਤੇ ਉਸਦਾ ਇੱਕ ਮੈਟਰੀਮੋਨੀਅਲ ਡਿਸਪਿਊਟ ਚੱਲ ਰਿਹਾ, ਜਿਸ ਕਰਕੇ ਫਰਦਰ ਗੁਰਸੇਵਕ ਸਿੰਘ ਦਾ ਇਹ ਕਹਿਣਾ ਹੈ ਕਿ ਉਹਦੀ ਮਦਰ ਜਿਹੜੀ ਹੈ ਉਹਦੀ ਕਦੇ ਇਨਸਲਟ ਹੋਈ ਸੀ, ਉਹਦਾ ਬਦਲਾ ਲੈਣ ਦੇ ਲਈ ਹੀ ਉਹ ਜਿਹੜਾ ਹੈ ਜਾ ਕੇ ਇਹਨੇ ਕ੍ਰਾਈਮ ਕੀਤਾ। ਉਸ ਦੇ ਲਈ ਇਹਨੇ ਆਪਣੇ ਨੌਕਰ ਜਿਹੜਾ ਹੈ ਉਹਨੂੰ 2 ਲੱਖ ਰੁਪਏ ਫਰੋਤੀ ਵੀ ਦਿੱਤੀ ਸੀ। ਗੁਰਸੇਵਕ ਸਿੰਘ ਦੇ ਨੌਕਰ ਦਾ ਨਾਮ ਹੈਗਾ ਪ੍ਰਗਟ ਸਿੰਘ ਉਰਫ ਪੱਗਾ, ਉਹਦੇ ਲਿੰਕ ਜਿਹੜੇ ਹੈ ਕ੍ਰਿਮੀਨਲ ਐਲੀਮੈਂਟਸ ਦੇ ਨਾਲ ਸੀਗੇ ਅਤੇ ਗੁਰਸੇਵਕ ਸਿੰਘ ਨੇ ਉਹਨੂੰ ਸਾਟ ਕਾਟ ਕਰਕੇ ਅਤੇ ਫਰਦਰ ਸ਼ੇਰਪ੍ਰੀਤ ਔਰ ਬਾਕੀ ਸਾਰੇ ਜਿਹੜੇ ਅਕਿਊਜ਼ ਹੈ ਉਹਨਾਂ ਦੇ ਨਾਲ ਮਿਲੀਭੁਗਤ ਕਰਕੇ ਉਹਨਾਂ ਨੇ ਵੈਪਨ ਅਕਵਾਇਰ ਕਰਕੇ ਫਰਦਰ ਜਿਹੜਾ ਹੈ ਇਹ ਗੋਲੀ ਮਾਰਨ ਦਾ ਕੰਮ। ਸ਼ੂਟਰ ਜਿਹੜੇ ਹੈ ਟਾਰਗੇਟ ਹਰਜੀਤ ਸਿੰਘ ਨੂੰ ਕਰਨ ਆਏ ਸੀ, ਬਟ ਹਰਜੀਤ ਸਿੰਘ ਦੀ ਥਾਂ 'ਤੇ ਉਹਨਾਂ ਦੇ ਬ੍ਰਦਰ ਉੱਥੇ ਬੈਠੇ ਸੀ, ਇਹਨਾਂ ਨੇ ਉਹਨਾਂ ਦੇ ਬ੍ਰਦਰ ਹਰਪ੍ਰੀਤ ਸਿੰਘ 'ਤੇ ਗੋਲੀ ਮਾਰ ਦਿੱਤੀ। ਇਹ ਅਕਾਊਂਟੈਂਟ ਲੱਗਿਆ ਪੁੱਡਾ ਦੇ ਵਿੱਚ। ਸਰ ਜਿਹੜੇ ਬੰਦੇ ਫੜੇ ਗਏ ਆ ਜੀ ਇਹਨਾਂ ਦਾ ਫਰਦਰ ਸਟਾਰਟਿੰਗ ਜਾਂਚ ਦੇ ਵਿੱਚ ਕਿਸੇ ਗੈਂਗ ਨਾਲ ਵੀ ਸੰਬੰਧ ਨਿਕਲਿਆ ਜੀ? ਇਹਨਾਂ ਦਾ ਹਲੇ ਅਸੀਂ ਇਨਵੈਸਟੀਗੇਸ਼ਨ, ਕਿਉਂਕਿ ਇਹ ਕਾਫੀ ਲੰਬੀ ਅਸੀਂ ਪੂਰਾ ਮਹੀਨਾ ਲਾ ਕੇ ਇਹਨੂੰ ਕੜੀ ਬਾਏ ਕੜੀ ਇਨਵੈਸਟੀਗੇਸ਼ਨ ਕੀਤੀ ਹੈ, ਕਾਫੀ ਮਿਹਨਤ ਲੱਗੀ ਸੀ ਕਿਉਂਕਿ ਇਹ ਕੰਪਲੀਟਲੀ ਬਲਾਈਂਡ ਕੇਸ ਸੀਗਾ, ਇਹਦੇ ਵਿੱਚ ਕੋਈ ਲੀਡ ਨਹੀਂ ਸੀ। ਸੋ ਇਹਨੂੰ ਅਸੀਂ ਜਾ ਕੇ ਅੰਮ੍ਰਿਤਸਰ ਤੋਂ ਫੜੇ ਵੀ ਹਾਂ ਬੰਦੇ, ਅਤੇ ਇਹਨਾਂ ਦੇ ਲਿੰਕਸ ਹੁਣ ਨਿਕਲ ਰਹੇ ਹਨ ਕਿਉਂਕਿ ਇਹ ਬੰਦੇ ਕ੍ਰਿਮੀਨਲ ਬੈਕਗਰਾਊਂਡ ਦੇ ਹੈਗੇ, ਇਹਨਾਂ ਦੇ ਕੋਲ ਇਲੀਗਲ ਵੈਪਨ ਵੀ ਸੀ। ਸੋ ਇਹ ਫਰਦਰ ਕਿਸ ਤੋਂ ਵੈਪਨ ਲੈ ਕੇ ਆਏ ਸੀ ਉਹ ਸਾਰੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ। ਸ਼ੂਟਰ ਅਵੇਲੇਬਲ ਕਰਵਾਏ, ਇਹ ਨੌਕਰ ਨੇ ਕਰਵਾਏ ਨੇ ਜੀ? ਇਹ ਨੌਕਰ ਨੇ ਅਵੇਲੇਬਲ ਕਰਵਾਏ, ਨੌਕਰ ਦੇ ਕ੍ਰਿਮੀਨਲ ਲਿੰਕਸ ਕਾਫੀ ਹੈਗੇ, ਉਹਨੂੰ ਅਸੀਂ ਫਰਦਰ ਇਨਵੈਸਟੀਗੇਟ ਵੀ ਕਰਨਾ। ਸਰ ਇਹਨਾਂ ਕੋਲ ਕੋਈ ਹਥਿਆਰ ਜਾਂ ਕੋਈ ਹੋਰ ਰਿਕਵਰੀ ਹੋਈ ਹੈ ਜਿਹੜੇ ਬੰਦੇ ਫੜੇ? ਫਿਲਹਾਲ ਇਹਨਾਂ ਨੇ ਜਿਹੜਾ ਵੈਪਨ ਯੂਜ਼ ਕੀਤਾ ਸੀ ਕ੍ਰਾਈਮ ਦੇ ਵਿੱਚ ਉਹ ਵੈਪਨ ਰਿਕਵਰ ਹੋ ਗਿਆ ਹੈ, ਫਰਦਰ ਇਹਨਾਂ ਦੇ ਕੋਲ ਕੋਈ ਹੋਰ ਇਲੀਗਲ ਵੈਪਨ ਹੈਗਾ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਤਾਂ ਉਹ ਵੀ ਚੱਲ ਰਹੀ ਹੈ। ਇਹ ਜਿਹੜਾ ਇਹਦੇ ਵਿੱਚ ਗੁਰਸੇਵਕ ਸਿੰਘ ਉਹਦਾ ਦਮਾਦ ਸੀਗਾ, ਉਹਦਾ ਇਹ ਪੂਰਾ ਕੀਤਾ ਗਿਆ, ਮਤਲਬ ਉਹਨੂੰ ਬਦਲਾ ਲੈਣਾ ਸੀ, ਉਹਨੇ ਫਰਦਰ ਫਿਰੌਤੀ ਦਿੱਤੀ ਅਤੇ ਨੌਕਰ ਦੇ ਥਰੂ ਬਾਕੀ ਸਾਰੇ ਬੰਦਿਆਂ ਦੇ ਨਾਲ ਇਨਵੋਲਵ ਹੋ ਕੇ ਫਿਰ ਇਹਨੇ ਕਰਵਾਇਆ, ਕਿਉਂਕਿ ਇਹ ਜਿਹੜਾ ਸਾਹਿਲ ਹੈ ਉਹਨੇ ਠਹਿਰ ਵੀ ਦਿੱਤੀ ਹੈ ਆਫਟਰ, ਮਤਲਬ ਕ੍ਰਾਈਮ ਕਰਨ ਤੋਂ ਪਹਿਲਾਂ ਵੀ ਉਹਦੇ ਕੋਲ ਰੁਕੇ ਸੀ
क्राइम करने तो बाद ओदे कोल रुके जो होटल का मालिक है ते वो पहला भी ओदे कोल रुकदे सी दैट मीनस वो भी क्रिमिनल्स नूं ठहर दिंदा रहिंदा ते उन्होंने कोल वैपन भी उन्हें लुकाया सी जो गल जिहड़ी है साहिल दे थ्रू भी सानूं पता चली है तो इहदे विच काफ़ी ज़्यादा बंदे इनवॉल्व सीगे उन्हां दी फर्दर कोई होर किसी गैंग दे नाल लिंक है या नहीं वो असीं इनवैसटिगेट कर अजय पाल भी उस दिन मोटरसाइकिल तो उन्होंने नाल ही आया सी वो गुरसे जिहड़ा शेरप्रीत हैगा जिहड़ा शूटर है वो उन्होंने अपने नाल लेकर आया सी वो भी उसी साजिश का पार्ट है सर हुण तक किन्ने टोटल असीं 6 गिरफ्तार कर लिए सिर्फ एक रहिंदा है अजय पाल जिहड़ा वो रहिंदा बाकी सारे गिरफ्तार हो गए सर नौकर दी काफ़ी वड्डी भूमिका निकल के आई है इस केस दे विच इहदा स्टार्टिंग दे विच जांच विच कोई आया कि इहदा कोई पुराना क्रिमिनल रिकॉर्ड है जी हाँ नौकर दा एक्चुअली सानू स्टार्टिंग दे विच पता नहीं चलिया सी स्टार्टिंग दे विच असीं शुरुआत जिहड़ा गुरसेवक ते जिहड़े दूजे छोटे शेरप्रीत ते उहनां दे नाल कीती सी जदों सानू एकदम मोटिव वजह रंजिश और मेन जिहड़ा अक्यूज़ है वह फड़िया गया उसके थ्रू सानू ये क्लीयर हो गया कि इन्हें सारा काम जिहड़ा अपने नौकर दे थ्रू कराया है नौकर का बैकग्राउंड माड़ा ही है वो असीं उहदे खिलाफ पहला भी पर्चा रजिस्टर्ड है असीं उहनूं भी इनवैसटिगेट कर गुरदासपुर तो लापित खुशीपुर की रिपोर्ट।